ਕਰ ਸਕਦਾ ਤੂੰ ਕਿਆ ਲੈ ਸਕਦਾ ਠੀਕ ਠਾਕ ਉਮੀਦ ਹੈ ਜਿੱਥੇ ਵੈਸੇ ਠੀਕ ਠਾਕ ਹੋ ਸੋ ਖੁਸ਼ ਹੋ ਸੋ ਇਹ ਦੁਬਈ ਵਿੱਚ ਤੀਜਾ ਚੌਥਾ ਪੰਜਵਾਂ ਛੇਵਾਂ ਯਾਦ ਕਰੀ ਕਿਤਵਾਂ ਵਲੋਗ ਹੈ ਡਰਾਈਵਿੰਗ ਸੀਟ 'ਤੇ ਉਹ ਹੈ ਭਾਈ ਜਾਨ ਫਰੋਮ ਮੀਆਂ ਵਾਲੀ ਜਿਹੜੇ ਰਾਤ ਵਾਲੇ ਵਲੋਗ ਹੈ ਸਨ ਸ਼ੇਰੂ ਭਾਈ ਇਹ ਸ਼ੇਰੂ ਭਾਈ ਫਰੋਮ ਮੋਚੀ ਵਾਲੀ ਜ਼ਿਲ੍ਹਾ ਮੁਜ਼ੱਫਰਗੜ੍ਹ ਆਪਣੇ ਵਸੇਬੀ ਵੀਰਾ ਇਹ ਵੀ ਵਸੇਬੀਆਂ ਮੀਆਂ ਵਾਲੀ ਕਿਹੜਾ ਦੂਰ ਹੈ ਨਾ ਸਹੀ ਹਾਂ ਨਾਨਕੇ ਤਾਂ ਇੱਥੇ ਹੀ ਹਨ ਇਲਾਕੇ ਦੇ ਨਾਂ ਅਲਕੂਸ ਰਹਿੰਦੇ ਪਏ ਉਹਦੇ ਅਹਿਸਾਨ ਬਾਈ ਦੀ ਦਾਵਤ ਹੈ ਅਹਿਸਾਨ ਬਾਈ ਵੀ ਆਪਣੇ ਇਲਾਕੇ ਰੋਹਿਲਾਂ ਵਾਲੀ ਮੱਖਣ ਮੇਲਾ ਦੇ ਸਾਰੇ ਵਸੇਬੀ ਭਰਾ ਨੇ ਇੱਥੇ ਆਪਣੇ ਅਲਹਮਦੁਲਿਲਾ ਇਹ ਕਿਆ ਲਿਖਿਆ ਖੜੇ ਜਬਰ ਅਲੀ ਅਬੂ ਧਾਬੀ ਫਲਾਂ 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 ਅਲ ਕੁਸੈ ਤੇ ਸ਼ਾਰਜਾ ਰਾਈਟ ਖੱਬੇ ਵੇਸੋ ਉਮੇ ਰਮੂਲ ਸੱਜੇ ਵੇਸੋ ਅਲ ਵਰਕਾ ਨਹੀਂ ਗਲਤ ਹੀ ਗਏ ਸੱਜੇ ਵੇਸੋ ਤਾਂ ਬਰ ਦੁਬਈ ਬਿਜ਼ਨਸ ਤੇ ਰੋਡ ਤੇ ਪੁਲੀ ਨਾਲ ਹਕੂਮਤ ਮਿਲਿਆ ਤਾਂ ਮਤਲਬ ਤਾਂ ਦੁਬਈ ਵਾਲੇ ਨੇ ਪੂਰੀ ਦੁਨੀਆ ਤੇ ਹਕੂਮਤ ਜਿਵੇਂ ਉਹ ਪਾਕਿਸਤਾਨ ਵਿੱਚ ਆਦਨ ਅਸਾਂ ਸੜਕਾਂ ਬਣਾਉਣ ਸਾਕੂ ਹਕੂਮਤ ਲਿਓ ਤੁਹਾਕੂ ਪਹਿਲੇ ਵਾਲੇ ਵਲੋਗ ਵਿੱਚ ਪੁਰਾਣਾ ਦੁਬਈ ਦਿਖਾਈ ਰੱਖਿਆ ਮੀ ਪੁਰਾ ਲੈਂਸ ਤੇ ਦੇਰੇ ਵਾਲਾ ਅੱਜ ਥੋੜ੍ਹੇ ਜਿਹੇ ਜਦੀਦ ਦੁਬਈ ਤੋਂ ਟੱਪਦੇ ਪਏ ਹਾਂ ਅਸਾਂ ਸਾਹਮਣੇ ਬੁਰਜੁਲ ਖਲੀਫਾ ਈ ਟੈਮ ਦੁਨੀਆ ਦੀ ਉੱਚੀ ਇਮਾਰਤ ਹੈ ਕ੍ਰੀਕ ਟਾਵਰ ਬਣਦਾ ਪਿਆ ਤਾਂ ਕਲੋਚਾ ਕ੍ਰੀਕ ਟਾਵਰ ਮਨਜ਼ੂਰ ਠੀਕ ਹੈ ਉਹ ਬਣਦਾ ਪਿਆ ਉਹਦਾ ਮਾਡਲ ਲਾਥਾ ਦੁਬਈ ਮਾਲ ਵਿੱਚ ਉਵੇਂ ਇਹ ਕਿਲੇ ਉੱਚੀ ਇੱਕ ਜੱਗਾ ਵਿੱਚ ਅਪਰੂਵ ਥਈ ਪਈ ਹੈ ਬਾਹਰੇਨ ਵਿੱਚ ਵੀ ਉਹਨਾਂ ਦੇ ਪੇਪਰ ਵਰਕ ਥੀਂਦੇ ਪਿਆ ਪਤਾ ਨਹੀਂ ਉਹ ਕਦਨ ਬਣ ਸਨ ਮਗਰ ਇਹਨੇ ਤਾਂ ਐਲਾਨ ਕਰ ਦਿੱਤਾ ਵੀ ਇਹ ਕਿਲੇ ਉੱਚੀ ਬਣੇ ਤੇ ਫਿਰ ਕ੍ਰੀਕ ਟਾਵਰ ਸਾਊਦੀ ਵਾਲੇ ਰੇਸ ਵਿੱਚ ਆਉਣ ਪਏ ਗਏ ਵੈਸੇ ਤਾਂ ਮੱਕਾ ਕਲੱਬ ਟਾਵਰ ਬਹੁਤ ਉੱਚਾ ਰਹਿ ਗਿਆ ਆਪਣੇ ਦੌਰ ਵਿੱਚ ਹੁਣ ਉਹ ਕ੍ਰਾਸ ਕਰ ਗਏ ਆਪਣੇ ਸਰਾਇਕੀ ਵਸੇਬ ਦੇ ਬੰਦੇ ਉਮਰੇ ਤੇ ਵੇਂਦੇ ਨਾ ਵੱਲਾ ਦੇ ਅਸਾਂ ਘੜੀ ਵਾਲੀ ਇਮਾਰਤ ਲੈ ਖੜੇ ਹੈ ਉਹ ਬਹੁਤ ਉੱਚੀ ਹੈ ਅਲਕੂਸ ਦੇ ਇਲਾਕੇ 'ਚ ਆ ਗਏ ਹੈ ਅਲਕੂਸ ਦੀ ਸੀਮੈਂਟ ਫੈਕਟਰੀ ਹੈ ਉਹ ਲਿਖਿਆ ਖੜੇ ਅਲ ਖੇਲ ਰੋਡ ਉਹ ਲਿਖਿਆ ਖੜੇ ਸ਼ਾਰੇ ਅਲ ਖੇਲ ਅਤੇ ਜਬਰੇ ਅਲੀ ਜਨੂਬ ਇੱਥਾਂ ਆ ਗਏ ਅਸੀਂ ਇਹਦਾ ਨਾਂ ਹੈ ਸ਼ਾਰੇ ਲਤੀਫਾ ਬਿਨ ਤੇ ਹਮਦਾਨ ਯਾਨੀ ਕਿ ਲਤੀਫਾ ਬਿਨ ਤੇ ਹਮਦਾਨ ਰੋਡ ਮਿਲੇ ਗਲੇ ਹਮਦਾਨ ਦੀ ਕੋਈ ਧੀ ਹੋ ਸੀ ਉਹਦੇ ਨਾਂ 'ਤੇ ਹੈ ਬੰਦਾ ਗਲਤ ਗਰੀ ਖੜਾ ਤੇ ਗਿਆ ਹੁਣ ਇੱਥੋਂ ਟਪਾਉਣ ਮੁਸ਼ਕਿਲ ਹੈ ਗਾਈਡ ਕਰਦੇ ਹੋਏ ਸ਼ੇਰੂ ਸਾਹਿਬ ਸਾਕੂ ਗਾਈਡ ਕਰਦੇ ਹੋਏ ਹਾਂ ਫਖਰੇ ਰੋਹਿਲਾਂ ਵਾਲੀ ਇਹ ਸਹੀ ਹੈ ਕਿਚਨ ਅਹਿਸਾਨ ਬਾਈ ਦਾ ਜਿਹਦੀ ਦਾਵਤ ਆਇਆ ਹੈ ਅਸਾਂ ਇੱਥੋਂ ਆਰਡਰ ਇੱਥੋਂ ਆਰਡਰ ਅਰਨ ਕਰਨ ਦੀ ਆਵਾਮ ਇਹ ਅਵੇਲੇਬਲ ਹਨ ਚੀਜ਼ਾਂ ਬਈ ਆਹ ਵੀਡੀਓ 'ਚ ਨਹੀਂ ਆਉਂਦੇ ਪਤਾ ਨਹੀਂ ਸ਼ਰਮ ਕਰ ਗਏ ਇਹ ਉਹਨਾਂ ਦਾ ਆਫਿਸ ਕੈਮਰੇ ਦਾ ਡਿਸਪਲੇ ਹੈ ਇਹ ਮੋਨੀਟਰ ਤੇ ਇਹ ਚਾਵਲਿਆਂ ਦਾ ਸਟਾਕ ਪਏ ਇੱਥਾਂ ਕਮਾਲ ਹੈ ਯਾਰ ਵੀਡੀਓ 'ਚ ਨਹੀਂ ਆਉਂਦਾ ਕਮਰੇ 'ਤੇ ਵੇਂਦੇ ਪਿਆ ਹੈ ਕਿਚਨ 'ਚੋਂ ਆ ਗਏ ਅਸੀਂ ਕਿਚਨ ਦੂਰੀ ਹਾਇਸ਼ ਅਤੇ ਹੀ ਜ਼ਿਆਦਾ ਨਾ ਹੈ ਅਲਕੂਸ ਹਾਈਟਸ ਇਹ ਸੁਸਾਇਟੀ ਹੈ ਇਹ ਅਸੀਂ ਅਹਿਸਾਨ ਬਾਈ ਸਾਹਿਬ ਦਾ ਵਾਰੀ ਤੇ ਆਪ ਤਾਂ ਆਉਂਦੇ ਨਹੀਂ ਵੀਡੀਓ 'ਚ ਜਿੱਥੋਂ ਠੀਕ ਹੈ ਫਰੀ ਚਾਹ ਸ਼ਾਹ ਪੀ ਅਤੇ ਵੇਨੇ ਪਏ ਅੱਛਾ ਪਹਿਲੇ ਮੈਂ ਆਖਿਆ ਇਹ ਅਲਕੋਸ ਹਾਈਟਸ ਇਹ ਅਲਖੇਲ ਹਾਈਟਸ ਹੈ ਮਗਰ ਇਲਾਕਾ ਅਲਕੋਸ ਹੈ ਵੀਡੀਓ 'ਤੇ ਉਹ ਤਰ੍ਹਾਂ ਕਰੈਕਟਰ ਮੈਂ ਨਦੀਮ ਭਾਈ ਅਤੇ ਸ਼ੇਰੂ ਭਾਈ ਵਾਪਸ ਵਲੇ ਵੇਂਦੇ ਹੈ ਦਾਵਤ ਖਾ ਦੀ ਅਸੀਂ ਗੱਪ ਸ਼ੱਪ ਕੀਤੀ ਅਸੀਂ ਕੋਈ ਵੀਡੀਓ 'ਚ ਨਹੀਂ ਆਇਆ ਈ ਵੀ ਥੀ ਮੈਂ ਦਾ ਅਸਾਂ ਉਹ ਸੜਕ ਛੋੜੀਏ ਇਹਦੇ ਉੱਤੇ ਆ ਗਏ ਹੈ ਇਹ ਹੁਣ ਕਨੈਕਟਿੰਗ ਸੜਕ ਹੈ ਅਲ ਖੇਲ ਛੋੜੀਏ ਸੇ ਸ਼ੇਖ ਜ਼ੈਦ ਤੇ ਚੜ੍ਹਦੂ ਇਨਸ਼ਾ ਅੱਲਾ
पहुंच गए हैं सी वर्ल्ड फेमस रोड शेख जैद रोड देते हुए देख गिनो फायदा है ना देख सो तो वल पता नहीं क्या थी सी देख गिन सो तो फायदा है ये शेख जैद रोड है ये सामने जेरी शायद नजर दी नहीं पई इन को आदेन दुबई फ्रेम ये उत्ते लिफ्ट नाल वनी दे ते उत्ते जेरी वो पोल है कनेक्टेड ही सजरा उन दो उत्ते टूरी दे वो शीशे दा बनिया है तले जमीन नजर दी है ये जन के एक पॉइंट है सारे सजे हाथ है डायनासोर पार्क नदीम भाई माशाला 9-10 साल को गड्डी चलेंदे पेन ते मैं इन्हें दी मालूमात को मुतासिर थी मेरे को बहुत ट्रैफिक ते रोड दी मालूमात नहीं थी ना ठीक है आदन कहीं एक्सपीरियंस्ड बंदे नाल थोड़ी जी देर कंपनी कर के लो बहुत नॉलेज मिल रहा है ये सालिक लगन वाले सालिक यानी कि टोल टैक्स होंगे ये ए 4 दरहम गए नदीम भाई को ड्रॉप किए थे उन्हें ऑफिस ड्राइवर चेंज थी ना पे ड्राइविंग सीट पे आवे सी दूजा भीरा फिलहाल इजाजत सही बाकी हाल अहवाल अगले ब्लॉग विच चैनल सब्सक्राइब Like the cool blue light. Like the cool blue light.